टीवी पंजाब देख रहे दर्शकों का निघा स्वागत। मैं हाँ मनदीप लैके हाजिर हूँ प्रोग्राम न्यूज़ इन फोकस। इस प्रोग्राम के खबर होंगे ने जिन्हों पर विस्थारपूर्वक जानकारी साढ़े नाल सांझी करते हैं साढ़े सीनियर एडिटर जसवीर हुसैन जी। जसवीर जी बहुत बहुत स्वागत है। शुक्रिया मन। जसवीर जी, साबका मुख्यमंत्री चरणजीत सिंह चन्नी हुणा के खिलाफ जिहड़ी है विजिलेंस के शिकायत पहुंची है, कोरोना के घपले के इल्जाम लगे ने। अमन, चरणजीत सिंह चन्नी होरां ने अज तां अपना दुखड़ा ही रोता आ। उन्होंने इत्थों तक कहता कि तीन महीने लई तां मैं सारा मुख्यमंत्री बनिया सी, आ सारे जने हाथ धो के मेरे पिछे पै गए। ते हुण इस सब दे विच एक नवा ही मामला निकल के सामने आ गया। कहा जा रहा कि थीम पार्क का उद्घाटन करन दे लई 1,47,00,000 रुपया जिहड़ा उह खर्चा गया जी, और इस उद्घाटनी समागम के फंडा के वड्डा घोटाला होया, और घोटाले के चरणजीत सिंह चन्नी का नाम लिया जा रहा। हुण इस सब की शिकायत विजिलेंस ब्यूरो नूं कर दित्ती गई है, और जांच कौन अगे वधा रहा है? मनमोहन कुमार शर्मा जी। मनमोहन कुमार शर्मा चर्चा के कदों आया सीगा? जदों सुंदर शाम अरोड़ा नूं रंगे हत्थी रिश्वत लैंदिआं गिरफ्तार किया गया सीगा। किनूं दे रहा सीगा? मनमोहन शर्मा नूं ही दे रहा सीगा जी। AIG विजिलेंस ब्यूरो मनमोहन शर्मा होरी ने इस मामले की हुण जांच पड़ताल आरंभ दी है, और इहदे तों बाद कहा जा रहा कि जे इहदे विच कोई हेर फेर नज़र आउंदा आ 1,47,00,000 दे इस उद्घाटनी समागम के खर्चों के तां फिर हो सकदा चरणजीत सिंह चन्नी दीआं मुश्किलां वध जाण। इहदे तों पहलां तां खबर इह वी निकल के आई सीगी कि ਵਿਆਹ ਸਮਾਗਮ ਦੇ ਵਿੱਚ ਵੀ ਇਧਰੋਂ ਪੈਸੇ ਬਚਾ ਬਚੂਕੇ ਜਿਹੜੇ ਉਹ ਖਰਚ ਕੀਤੇ ਗਏ ਸੀ, ਜਿਹੜਾ ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਵਿਆਹ ਹੋਇਆ ਸੀ ਜੀ। ਹਾਲਾਂਕਿ ਉਹਦੇ 'ਚ ਹਕੀਕਤ ਕੀ ਹੈ, ਫਸਾਨਾ ਕੀ ਹੈ, ਇਹਦੇ ਬਾਰੇ ਆਪਾਂ ਪੁਖਤਗੀ ਨਾਲ ਕੁਝ ਨਹੀਂ ਕਹਿ ਸਕਦੇ। ਚਰਚਾ ਜ਼ਰੂਰ ਇਸ ਗੱਲ ਦੀ ਚੱਲੀ ਸੀਗੀ, ਪਰ ਇੱਧਰ ਹੁਣ ਨਵਾਂ ਮਾਮਲਾ ਜਿਸ ਤਰੀਕੇ ਨਾਲ ਖੁੱਲ੍ਹ ਗਿਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੀਆਂ ਮੁਸ਼ਕਲਾਂ ਵਧਾ ਸਕਦਾ। ਵੈਸੇ ਉਮੀਦ ਇਸ ਗੱਲ ਦੀ ਸੀ ਅਮਨ ਕਿ ਚਰਨਜੀਤ ਸਿੰਘ ਚੰਨੀ ਹੋਰੀ ਵਾਪਸ ਆਉਣਗੇ, ਤੇ ਆਖਰੀ ਤਿੰਨਾਂ ਮਹੀਨਿਆਂ 'ਚ ਜਿਹੜੇ ਉਹਨਾਂ ਨੇ ਫੰਡ ਜਾਰੀ ਕੀਤੇ ਸੀਗੇ ਵੱਖ ਵੱਖ ਥਾਵਾਂ 'ਤੇ, ਉਹ ਚੋਣਾਂ ਦੇ ਦਿਨਾਂ 'ਚ ਤਾਂ ਚੁਣਾਵੀ ਫੰਡ ਹੀ ਹੁੰਦੇ ਇੱਕ ਤਰੀਕੇ ਨਾਲ, ਉਹ ਫੰਡ ਜਾਰੀ ਕੀਤੇ ਗਏ ਸੀ ਉਹਨਾਂ ਦੀ ਘੁੱਖ ਪੜਤਾਲ ਕਰਕੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਸਕਦਾ, ਕਿਉਂਕਿ 80 ਕਰੋੜ ਤੋਂ ਵੱਧ ਤਾਂ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਹੀ ਜਿਹੜਾ ਆ ਉੱਥੇ ਖਰਚਿਆ ਸੀ ਚਮਕੌਰ ਸਾਹਿਬ ਦੇ ਵਿੱਚ, ਔਰ ਬਾਕੀ ਜਿਹਨਾਂ ਨੂੰ ਉਹ ਫੰਡ ਦਿੱਤੇ ਸੀ ਕਿਤੇ ਸਪੋਰਟਸ ਕਿੱਟਾਂ ਵੰਡੀਆਂ ਗਈਆਂ, ਕਹਿੰਦੇ ਜੀ ਸਪੋਰਟਸ ਕਿੱਟਸ ਦੇ ਵਿੱਚ ਵੀ ਘੁਟਾਲਾ ਹੋ ਗਿਆ। ਕਿਵੇਂ? ਪ੍ਰਤੀ ਖਿਡਾਰੀ 3,000 ਰੁਪਇਆ ਦਿੱਤਾ ਗਿਆ ਜੀ ਸਮਾਨ ਖਰੀਦਣ ਲਈ। ਇੱਕ ਪਾਸਿਓਂ ਇੱਧਰ 3,000 ਰੁਪਇਆ ਉਹਨਾਂ ਨੂੰ ਦਿੱਤਾ ਗਿਆ, ਤਾਂ ਦੂਜੇ ਪਾਸੇ ਉਹਨਾਂ ਨੂੰ ਕਿਹਾ ਗਿਆ ਕਿ ਵਾਪਸ ਰਿਟਰਨ ਚੈੱਕ ਜਮ੍ਹਾਂ ਕਰਾ ਦਿਓ, ਤੁਹਾਨੂੰ ਸਮਾਨ ਦੇ ਦਾਂਗੇ। ਪਿੰਡਾਂ ਨੂੰ ਸਪੋਰਟਸ ਕਿੱਟਸ ਮੁਹੱਈਆ ਕਰਵਾਉਣ ਦੇ ਲਈ 2,800 ਰੁਪਇਆ ਸਮਥਿੰਗ ਇੰਨਾ ਕੁ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਕਿ ਇਹਦੇ ਨਾਲ ਤੁਹਾਨੂੰ ਸਪੋਰਟਸ ਕਿੱਟ ਦੇਵਾਂਗੇ। ਅਤੇ ਤੁਸੀਂ ਫਿਰ ਕੀਤਾ ਕੀ ਗਿਆ ਕਿ ਇੱਕ ਵਿਸ਼ੇਸ਼ ਫਰਮ ਦੇ ਨਾਂ 'ਤੇ ਦੁਬਾਰਾ ਫਿਰ ਚੈੱਕ ਕੱਟ ਦਿਓ, ਅਤੇ ਉਹਦੇ ਵਿੱਚੋਂ ਪਤਾ ਨਹੀਂ 500-700 ਦਾ ਕੁਝ ਮਿਲਦਾ ਸੀਗਾ, ਜਾਂ 2,500 ਦੇ ਚੈੱਕ ਦਿੱਤੇ ਸੀਗੇ ਪਿੰਡਾਂ ਨੂੰ, ਉਹਦੇ ਵਿੱਚੋਂ 5-4,000 ਦਾ ਸਮਾਨ ਦੇ ਕੇ ਅਤੇ ਬਾਕੀ ਸਾਰਾ ਇੱਧਰ ਉੱਧਰ ਕਰ ਲਿਆ ਗਿਆ। ਇਸੇ ਤਰੀਕੇ ਨਾਲ ਕੈਪਟਨ ਸੰਦੀਪ ਸੰਧੂ ਦਾ ਜ਼ਿਕਰ ਚੱਲਦਾ ਕਿ ਉੱਥੇ ਸਟਰੀਟ ਲਾਈਟਸ ਜਿਹੜੀਆਂ ਉਹ ਆਖਰੀ ਸਮੇਂ ਦੇ ਵਿੱਚ ਲਾਈਆਂ ਗਈਆਂ ਸੀ ਇਸ ਸਰਕਾਰ ਦੇ ਵੱਲੋਂ ਜਿਹੜੀ ਪਿਛਲੀ ਸੀਗੀ, ਉਹਨਾਂ ਦੇ ਵਿੱਚ ਵੀ ਘੁਟਾਲਾ ਹੋਇਆ ਕਹਿੰਦੇ। ਫਿਰ ਕਹਿੰਦੇ RO ਸਿਸਟਮ ਲਾਏ ਸੀ ਉਹਨਾਂ ਦੇ ਵਿੱਚ ਵੀ ਘੁਟਾਲਾ ਹੋਇਆ। ਮਤਲਬ ਜਿੰਨੇ ਆਖਰੀ ਦੌਰ ਦੇ ਵਿੱਚ ਫੰਡ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਊਣਤਾਈ ਪਾਈ ਜਾ ਰਹੀ ਹੈ, ਅਤੇ ਭਗਵੰਤ ਮਾਨ ਦੀ ਸਰਕਾਰ ਉਹਦੀ ਜਾਂਚ ਲਗਾਤਾਰ ਕਰਵਾ ਰਹੀ ਹੈ। ਹੁਣ ਉਹ ਵਾਲੀਆਂ ਜਾਂਚਾਂ ਦੇ ਵਿੱਚੋਂ ਇੱਕ ਪਾਸੇ ਕੈਪਟਨ ਸੰਦੀਪ ਸੰਧੂ ਦੇ ਉੱਤੇ ਤਾਂ ਸ਼ਿਕੰਜਾ ਕੱਸਿਆ ਹੋਇਆ ਜੀ, ਉਹ ਤਾਂ ਅਜੇ ਰੂਹ ਪੋਸ਼ ਹੋਏ ਨੇ, ਨਹੀਂ ਸਾਹਮਣੇ ਆ ਰਿਹਾ। ਚਰਨਜੀਤ ਸਿੰਘ ਚੰਨੀ ਵਾਲੇ ਮਾਮਲੇ ਦੇ ਵਿੱਚ ਬੜੀਆਂ ਚਰਚਾਵਾਂ ਚੱਲਦੀਆਂ ਸੀ, ਆ ਬਜਟ ਇਜਲਾਸ ਦੇ ਦਰਮਿਆਨ ਜਾਂ ਉਹਦੇ ਤੋਂ ਬਾਅਦ ਜਿਹੜਾ ਵਿਸ਼ੇਸ਼ ਇਜਲਾਸ ਬਹੁਮਤ ਸਾਬਤ ਕਰਨ ਲਈ ਭਗਵੰਤ ਮਾਨ ਦੀ ਸਰਕਾਰ ਨੇ ਸੱਦਿਆ ਸੀ, ਉਹਦੇ ਵਿੱਚ ਮਾਨ ਹੋਰਾਂ ਨੇ ਕਹਿ ਤਾ ਤੁਹਾਡਾ ਚੰਨੀ ਕਿੱਥੇ ਆ, ਅਸੀਂ ਤਾਂ ਉਹਨਾਂ ਦੇ ਕੋਲ ਜਵਾਬ ਲੈਣੇ ਆ, ਕਈ ਫਾਈਲਾਂ 'ਤੇ ਉਹਨੇ ਦਸਤਖਤ ਕੀਤੇ ਆ, ਪੁੱਛਣਾ ਆ, ਰੁਕੇ ਵੀ ਨਹੀਂ ਇੱਥੇ, ਘੱਟੋ ਘੱਟ ਗਵਰਨਮੈਂਟ ਤਾਂ ਹੈਂਡਓਵਰ ਕਰ ਜਾਂਦੇ, ਸਾਨੂੰ ਚੀਜ਼ਾਂ ਤਾਂ ਦੇ ਜਾਂਦੇ, ਪਹਿਲਾਂ ਹੀ ਨਿਕਲ ਗਏ ਇੱਥੋਂ ਦੌੜ ਗਏ। ਸੋ ਇਹ ਚੁਣੌਤੀਆਂ ਵਿਧਾਨ ਸਭਾ ਦੇ ਅੰਦਰ ਵੀ ਭਗਵੰਤ ਮਾਨ ਨੇ ਦਿੱਤੀਆਂ ਸੀਗੀਆਂ, ਅਤੇ ਫਿਰ ਉੱਧਰਲੇ ਪਾਸਿਓਂ ਅਮਰੀਕਾ ਤੋਂ ਜਵਾਬ ਆਇਆ ਸੀ ਚੰਨੀ ਦਾ ਕਿ ਕੋਈ ਗੱਲ ਨਹੀਂ, ਮੇਰਾ ਫੋਨ ਜਿਹੜਾ ਉਹ 24 ਘੰਟੇ ਔਨ ਹੁੰਦਾ ਆ, ਜਦੋਂ ਮਰਜ਼ੀ ਫੋਨ ਕਰਕੇ ਜਿਹੜੀ ਮਰਜ਼ੀ ਫਾਈਲ ਬਾਰੇ ਪੁੱਛ ਲਈਓ, ਮੈਂ ਦੱਸ ਦੂੰਗਾ, ਮੈਂ ਇੱਥੇ ਓਪਰੇਸ਼ਨ ਕਰਵਾਉਣ ਲਈ ਆਇਆ ਹੋਇਆ, ਮੈਂ ਇੱਥੇ ਆਪਣਾ PhD ਦਾ ਥੀਸਿਸ ਲਿਖ ਰਿਹਾ ਜੀ, ਅਤੇ ਹੁਣ
वापस आए ने 15 दिसंबर नूं। 15 दिसंबर नूं इधर वापस आउंदे ने चरणजीत सिंह चन्नी होरी ते आ देख लो अजे 15 दिन भी उन्हां नूं आया नूं नहीं होए। नाल ही चर्चा चल पई है कि एक घोटाले की फाइल खुल गई है जी। देखो हुण गल जांदी कित्थों तक है जी। जसवीर जी गल करांगे प्रधानमंत्री नरेंद्र मोदी हुणा दी पछम बंगाल च जिहड़ी वंदे भारत एक्सप्रैस सी पहली वंदे भारत एक्सप्रैस उसनूं हरी झंडी दित्ती। इस प्रोग्राम दौरान ममता बैनर्जी हुणी पहुंचे पर उत्थे अजिहा कुछ होया कि ममता बैनर्जी हुणा ने स्टेज ते बैठण तों इनकार कर दित्ता। वैसे इदां दा पहली वारी नहीं होया। पछमी बंगाल च प्रधानमंत्री दे समागम च इस तों पहलां भी इदां दीआं चीज़ां जिहड़ियां हो चुकियां ने। इसे तरीके ना एक समागम पहला भी होया सी उहदे विच भी जदों ममता बैनर्जी आउंदी है जी तां उत्थे जय श्री राम दे नारे लगदे आ और उन्हां नारियां तों नाराज़ हो जांदी है ममता बैनर्जी कि इह किसे तरीके दा इदां दा प्रोग्राम नहीं आ। मेरा ख्याल सुभाष चंद्र बोस होरां दे नाल संबंधित समागम उदों करवाया जा रहा सीगा ते उहदे उत्ते भी नाराज़गी जताई सीगी कि कोई इदां दा किसे पार्टी विशेष दा प्रोग्राम नहीं है जी। इह सरकारी प्रोग्राम है ते इहदे विच इह नारेबाजियां ठीक नहीं है, तुहानूं इस गल दी तहजीब होनी चाहीदी है। उदों भी नाराज़ होए सी। अज वंदे भारत ट्रेन दा उद्घाटन कीता पछमी बंगाल दे विच प्रधानमंत्री नरेंद्र मोदी होरां ने वर्चुअल तरीके दे नाल, क्योंकि आप नहीं पहुंचे सी। अज उहनां दे माता जी दा देहांत हो गया सीगा, उह संस्कार करना सी, उह सारियां रस्मां निभाउणियां सीगियां। उन्होंने फिर वर्चुअली ये चीज़ां कीतियां ने ते वर्चुअली उत्थे पछमी बंगाल दे लोकां नूं संबोधन कीता जी। ते उत्थे जिहड़ा समागम सी उस समागम दे विच ममता बैनर्जी पहुंचे हुए सीगे, रेल मंत्री पहुंचे हुए सीगे, कुछ होर केंद्रीय मंत्री सीगे, लोग जिहड़े इकट्ठे हुए सीगे उत्थे। जिद्दां ही ममता बैनर्जी उत्थे आउंदे आ ते जय श्री राम दे नारे लाउण लग पैंदे ने। इह गल एक वार फिर अखरदी आ ममता बैनर्जी नूं। हालांकि रेल मंत्री यह कहिंदे कि फिर की होया जी, वर्करां ने तां नारेबाजी करनी ही हुंदी है, नाराज़ होण वाली इहदे विच कोई गल ही नहीं है। पर ममता बैनर्जी इन्ने नाराज़ हुंदे आ कि उह मंच ते जा के नहीं बैठदी जी। उह कहिंदी मैं नहीं बैठणा। उह थल्ले जिहड़ी दर्शक गैलरी बणी होई सी ना उहदे विच बैठदे आ, हां इन्ना जरूर करदे आ, संबोधन करके जांदे ने इस सभा नूं। संबोधन करदिआं होइआं पहिलां तां प्रधानमंत्री नरेंद्र मोदी होरां नाल दुख दा प्रगटावा करदे आ कि ਤੁਹਾਡੀ ਮਾਂ ਸਾਡੀ ਮਾਂ, ਇਹ ਦੁੱਖ ਦੀ ਘੜੀ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਜੀ। ਉਹਦੇ ਤੋਂ ਬਾਅਦ ਜ਼ਿਕਰ ਕਰਦੇ, ਧੰਨਵਾਦ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਪ੍ਰੋਜੈਕਟ ਲਈ। ਫਿਰ ਇਹ ਵੀ ਕਹਿੰਦੇ ਆ ਕਿ ਇਹ ਪ੍ਰੋਜੈਕਟ ਕੋਈ ਨਵਾਂ ਨਹੀਂ ਹੈ, 5 ਪ੍ਰੋਜੈਕਟ ਜਿਹੜੇ ਸੀਗੇ ਉਹ ਮੈਂ ਉਲੀਕੇ ਸੀ ਜਦੋਂ ਮੈਂ ਖੁਦ ਰੇਲ ਮੰਤਰੀ ਹੋਇਆ ਕਰਦੀ ਸੀਗੀ। ਉਸ ਸਮੇਂ 5 ਪ੍ਰੋਜੈਕਟ ਉਲੀਕੇ ਸੀਗੇ, ਉਹਨਾਂ 5 ਦੇ ਵਿੱਚੋਂ ਇਹ 4th ਪ੍ਰੋਜੈਕਟ ਹੈ ਜਿਹੜਾ ਪੂਰਾ ਹੋਇਆ। ਵੰਦੇ ਭਾਰਤ ਟ੍ਰੇਨ ਜਿਹੜੀ ਆ ਉਹ ਚੱਲੀ ਹੈ ਤੇ ਇੱਕ ਅਜੇ ਵੀ ਅਧੂਰਾ ਆ ਤੇ ਅਸੀਂ ਉਹਨੂੰ ਪੂਰਾ ਕਰਾਂਗੇ। ਪਰ ਜਿਸ ਤਰੀਕੇ ਨਾਲ ਸਥਿਤੀਆਂ ਬਣੀਆਂ ਉੱਥੇ, ਉਹ ਤਾਂ ਇਹੀ ਦੱਸਦਾ ਆ ਕਿ ਮਮਤਾ ਬੈਨਰਜੀ ਨੂੰ ਜਾਂ ਤਾਂ ਜਾਣ ਬੁੱਝ ਕੇ ਖਿਜਾਉਣ ਲਈ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਜਾਂ ਮਮਤਾ ਬੈਨਰਜੀ ਹੀ ਜਿਹੜਾ ਆ ਉਹ ਜਾਣ ਬੁੱਝ ਕੇ ਛੋਟੇ ਛੋਟੇ ਮੁੱਦਿਆਂ ਨੂੰ ਵੱਡਾ ਮੁੱਦਾ ਬਣਾ ਲੈਂਦੇ। ਦੋਨਾਂ 'ਚੋਂ ਇੱਕ ਗੱਲ ਤਾਂ ਹੈਗੀ ਹੈ। ਔਰ ਇਹ ਮਾਹੌਲ 2024 ਲਈ ਹੁਣ ਤੋਂ ਹੀ ਤਿਆਰ ਕੀਤਾ ਜਾ ਰਿਹਾ ਹੈ। ਇਹਦੀ ਕੰਸੋ ਤੁਸੀਂ ਇੱਥੋਂ ਦੇਖ ਸਕਦੇ ਆ ਜੀ, ਕਿਉਂਕਿ ਕਿਸੇ ਵੀ ਪਾਰਟੀ ਦਾ ਵਰਕਰ ਹੋਵੇ, ਅਮਨ ਡਿਸਿਪਲਨ ਨਾਮ ਦੀ ਇੱਕ ਚੀਜ਼ ਹੁੰਦੀ ਹੈ ਜੀ। ਜਾਂ ਤਾਂ ਹੋਵੇ ਕਿ ਪਹਿਲੀ ਵਾਰੀ ਹੋਇਆ, ਸਾਨੂੰ ਨਹੀਂ ਪਤਾ ਸੀ ਮਮਤਾ ਬੈਨਰਜੀ ਨੇ ਇੱਦਾਂ ਗੁੱਸੇ ਹੋ ਜਾਣਾ। ਮੁੱਖ ਮੰਤਰੀ ਹੈ ਸੂਬੇ ਦੀ, ਉਹ ਕੋਈ ਆਮ ਲੀਡਰ ਨਹੀਂ ਹੈ ਕਿ ਕੋਈ ਗੱਲ ਨਹੀਂ ਨਾਰਾਜ਼ ਹੋ ਵੀ ਗਿਆ ਅਤੇ ਕੋਈ ਇੱਧਰ ਉੱਧਰ ਨੂੰ ਹੋਵੇਗਾ। ਉਹ ਪਹਿਲਾਂ ਵੀ ਇਹ ਚੀਜ਼ਾਂ ਹੋ ਚੁੱਕੀਆਂ ਨੇ। ਦੂਜੀ ਵਾਰੀ ਇਹ ਕਿਹਾ ਜਾ ਸਕਦਾ ਸੀਗਾ ਕਿ ਭਾਈ ਆਹ ਚੀਜ਼ ਪਿਛਲੀ ਵਾਰੀ ਨੁਕਸਾਨਦਾਇਕ ਹੋਈ ਸੀ ਜਾਂ ਇਹ ਚੀਜ਼ ਠੀਕ ਨਹੀਂ ਲੱਗੀ ਸੀਗੀ, ਪ੍ਰੋਟੋਕੋਲ ਦੇ ਮੁਤਾਬਕ ਤੁਸੀਂ ਇੱਦਾਂ ਦੀਆਂ ਨਾਅਰੇਬਾਜ਼ੀਆਂ ਨਹੀਂ ਕਰਨੀਆਂ ਜੀ। ਪਰ ਬਾਵਜੂਦ ਇਹਦੇ ਦੂਜੀ ਵਾਰੀ ਫਿਰ ਇਹ ਕੀਤਾ ਜਾਂਦਾ ਅਤੇ ਉਹ ਨਾਰਾਜ਼ ਹੁੰਦੇ ਨੇ। ਹੁਣ ਮੈਨੂੰ ਲੱਗਦਾ ਕਿ ਇਹ ਮਿਥ ਕੇ ਵੀ ਕੀਤੀਆਂ ਜਾ ਰਹੀਆਂ ਚੀਜ਼ਾਂ ਸਾਬਤ ਹੋ ਸਕਦੀਆਂ ਨੇ। ਮਮਤਾ ਬੈਨਰਜੀ ਨੂੰ ਵੀ ਚਾਹੀਦਾ ਲਾ ਲੈਣ ਦਿਓ ਨਾਰੇ ਭਾਈ, ਕੀ ਫਰਕ ਪੈਂਦਾ। ਵਰਕਰਾਂ ਦਾ ਕੰਮ ਆ ਨਾਰੇ ਲਾਉਣਾ, ਉਹ ਲਾ ਲੈਣ, ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਿਸ ਅਹੁਦੇ ਦੇ ਉੱਤੇ ਹੋ, ਤੁਹਾਡਾ ਟੈਂਪਰਾਮੈਂਟ ਥੋੜ੍ਹਾ ਜਿਹਾ ਉੱਪਰ ਹੋਣਾ ਚਾਹੀਦਾ ਜੀ। ਤੁਹਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਇਹਨਾਂ ਚੀਜ਼ਾਂ ਦੀ, ਕੋਈ ਫਰਕ ਨਹੀਂ ਪੈਂਦਾ ਕਿ ਕੀ ਹੁੰਦਾ। ਜਾਂ ਫਿਰ ਸਥਿਤੀਆਂ ਜਿਹੜੀਆਂ ਇੱਦਾਂ ਦੀਆਂ ਬਣਾਓ ਕਿ ਭਾਈ ਜਿੱਥੇ ਇੱਦਾਂ ਦਾ ਸਮਾਗਮ ਆਉਂਦਾ ਉੱਥੇ ਨਾ ਹੀ ਜਾਓ। ਫਿਰ ਕਹਿ ਦਿਓ ਭਾਈ ਤੁਹਾਡੇ ਵਰਕਰ ਬੈਠੇ ਹੋਣੇ ਨੇ, ਉਹਨਾਂ ਨੇ ਨਾਰੇ ਲਾਉਣੇ ਆ, ਮੇਰੇ ਤੋਂ ਬਰਦਾਸ਼ਤ ਨਹੀਂ ਹੋਣੇ। ਸੋ ਉਹਨਾਂ ਨੂੰ ਥੋੜ੍ਹਾ ਜਿਹਾ ਆਪਣਾ ਟੈਂਪਰਾਮੈਂਟ ਹੁਣ, ਕਿਉਂਕਿ ਹੁਣ ਮੁੱਖ ਮੰਤਰੀ ਨੇ, ਹੁਣ ਸਾਰਿਆਂ ਦੀ ਸੁਣਨੀ ਵੀ ਪੈਣੀ ਆ, ਕਈ ਵਾਰੀ ਮੰਨਣੀ ਵੀ ਪੈਂਦੀ ਹੈ ਅਤੇ ਕਦੀ ਕਦੀ ਕੰਨ ਵਲੇਟ ਕੇ ਵੀ ਬੈਠਣਾ ਪੈਂਦਾ
ਤੇ ਜਿੱਥੇ ਜਿੱਥੇ ਅਗਰੈਸਿਵ ਹੋਣ ਦੀ ਲੋੜ ਹੈ ਉੱਥੇ ਅਗਰੈਸਿਵ ਵੀ ਹੋਣਾ ਪੈਂਦਾ ਹੈ ਜੀ ਬਿਲਕੁਲ ਪਰ ਜੋ ਸਥਿਤੀਆਂ ਬਣੀਆਂ ਅੱਜ ਉੱਥੇ ਮੈਨੂੰ ਲੱਗਦਾ ਕਿ ਇਹ ਨਹੀਂ ਬਣਨੀਆਂ ਚਾਹੀਦੀਆਂ ਸੀਗੀਆਂ ਤੇ ਜੇ ਵਾਰ ਵਾਰ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਫਿਰ ਇਹ ਵੀ ਕਿਹਾ ਜਾ ਸਕਦਾ ਕਿ ਮਿੱਥ ਕੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜੀ ਜਸਵੀਰ ਜੀ ਵਿਚਾਰ ਚਰਚਾ ਜਾਰੀ ਰੱਖਾਂਗੇ ਵੇਲਾ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਨਿਊਜ਼ ਇਨ ਫੋਕਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜਸਵੀਰ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹ ਪਹਿਲੀ ਵਾਰੀ ਇਲਜ਼ਾਮ ਨਹੀਂ ਲੱਗੇ ਕਿ ਸਰਕਾਰ ਜਿਹੜੀ ਉਹ ਬਾਹਰੋਂ ਚੱਲਦੀ ਹੈ ਕਿਉਂਕਿ ਸਿਆਸਤ ਵਿੱਚ ਕਈ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਦਿੱਲੀ ਤੋਂ ਸਰਕਾਰ ਚੱਲਦੀ ਹੈ ਜਾਂ ਫਿਰ ਜਿਹੜਾ ਬਾਹਰਲੀ ਦਖਲ ਅੰਦਾਜ਼ੀ ਜਿਹੜੀ ਜ਼ਿਆਦਾ ਹੈ ਸੋ ਹੁਣ ਹਾਲ ਹੀ ਦੇ ਵਿੱਚ ਬੰਟੀ ਰੋਮਾਨਾ ਉਹਨਾਂ ਨੇ ਵੀ ਇਹੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਬਾਹਰੋਂ ਚੱਲਦੀ ਹੈ ਅਮਨ ਜਿਵੇਂ ਤੁਸੀਂ ਕਿਹਾ ਨਾ ਕਿ ਪਹਿਲੀ ਵਾਰੀ ਨਹੀਂ ਕਿਹਾ ਗਿਆ ਜੀ ਇਹ ਲਗਾਤਾਰ ਸਿਲਸਿਲਾ ਚੱਲਦਾ ਪਿਆ ਬਾਵਜੂਦ ਇਹਦੇ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਹੁਣ ਬੰਟੀ ਰੋਮਾਨਾ ਜਨਰਲ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੀ ਉਹਨਾਂ ਨੇ ਘੇਰਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਇਹ ਤਾਂ ਭਾਈ ਈਸਟ ਇੰਡੀਆ ਕੰਪਨੀ ਵਾਂਗੂ ਚੱਲਦਾ ਅੰਗਰੇਜ਼ਾਂ ਦੇ ਦੌਰ ਵਾਂਗੂ ਚੱਲਦਾ ਪਹਿਲਾਂ ਕੀ ਹੁੰਦਾ ਸੀਗਾ ਜੇ ਭਾਰਤ ਦੇ ਵਿੱਚ ਕੁਝ ਚੱਲਦਾ ਸੀ ਤਾਂ ਉਹ ਅੰਗਰੇਜ਼ ਆਪਣਾ ਇੱਕ ਨੁਮਾਇੰਦਾ ਭੇਜ ਦਿੰਦੇ ਸੀਗੇ ਕਿ ਇਹ ਦੇਖੂਗਾ ਇਹਦੀ ਮਰਜ਼ੀ ਨਾਲ ਸਾਰੀਆਂ ਚੀਜ਼ਾਂ ਚੱਲਣਗੀਆਂ ਹੁਣ ਕਹਿੰਦੇ ਕੇਜਰੀਵਾਲ ਹੋਰੀ ਉੱਧਰੋਂ ਭੇਜਦੇ ਦਿੱਲੀਓਂ ਆਪਣਾ ਨੁਮਾਇੰਦਾ ਤੇ ਚਰਚਾ ਕਿਉਂ ਚੱਲਦੀ ਪਈ ਆ ਨਵਲ ਅਗਰਵਾਲ ਜੀ ਨਵਲ ਅਗਰਵਾਲ ਨੂੰ ਜਿਹੜਾ ਆ ਉਹ ਕਈ ਸਰਕਾਰੀ ਮੀਟਿੰਗਾਂ ਦੇ ਵਿੱਚ ਬੈਠਿਆ ਦੇਖਿਆ ਗਿਆ ਔਰ ਸਵਾਲ ਉਠਾਏ ਜਾ ਰਹੇ ਨੇ ਕਿ ਇਹ ਬੰਦਾ ਇਹਨਾਂ ਮੀਟਿੰਗਾਂ 'ਚ ਬਹਿੰਦਾ ਕਿਉਂ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਚਿੱਠੀ ਲਿਖ ਦਿੱਤੀ ਆ ਗਵਰਨਰ ਨੂੰ ਕਿ ਓਥ ਆਫ ਸੀਕ੍ਰੇਸੀ ਜਿਹੜੀ ਭੇਦ ਨੂੰ ਗੁਪਤ ਰੱਖਣ ਦੀ ਸਹੁੰ ਚੁੱਕੀ ਜਾਂਦੀ ਹੈ ਚਾਹੇ ਸਰਕਾਰ ਆ ਚਾਹੇ ਸਰਕਾਰੀ ਅਧਿਕਾਰੀ ਹੈ ਇਹ ਉਹਦੀ ਸਰਾਸਰ ਉਲੰਘਣਾ ਹੈ ਤੇ ਬੰਟੀ ਰੋਮਾਣਾ ਵੀ ਇਹੀ ਗੱਲ ਕਹਿੰਦੇ ਆ ਕਿ ਕੋਈ ਵੀ ਬੰਦਾ ਸਰਕਾਰੀ ਮੀਟਿੰਗ 'ਚ ਕਿਵੇਂ ਆਣ ਕੇ ਬੈਠ ਸਕਦਾ ਉਹ ਕਹਿੰਦੇ ਅੰਗਰੇਜ਼ਾਂ ਵਾਂਗੂ ਨੁਮਾਇੰਦੇ ਭੇਜੇ ਜਾਂਦੇ ਆ ਤੇ ਫਿਰ ਇੱਥੇ ਜੋ ਕੁਝ ਚੱਲਦਾ ਦਿੱਲੀ ਦੇ ਮੁਤਾਬਕ ਚੀਜ਼ਾਂ ਚੱਲਦੀਆਂ ਨੇ ਨਵਲ ਅਗਰਵਾਲ ਦੇ ਉੱਤੇ ਵੀ ਇਹੀ ਇਤਰਾਜ਼ ਉੱਠਦੇ ਪਏ ਨੇ ਕਿ ਇਸ ਬੰਦੇ ਦੇ ਕੋਲ ਕੋਈ ਅਫੀਸ਼ੀਅਲ ਅਹੁਦਾ ਨਹੀਂ ਆ ਪੰਜਾਬ ਸਰਕਾਰ ਦੇ ਵਿੱਚ ਜੀ ਜਾਂ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਕਹਿੰਦੇ ਆਇਆ ਕਾਹਦੇ ਲਈ ਆ 50 ਬੰਦਿਆਂ ਦੀ ਟੀਮ ਲੈ ਕੇ ਆਇਆ ਇਹ ਗੁੱਡ ਗਵਰਨੈਂਸ ਫੈਲੋਸ਼ਿਪ ਪ੍ਰੋਗਰਾਮ ਦੇ ਤਹਿਤ ਆਇਆ ਆ ਔਰ 18 ਤੋਂ ਲੈ ਕੇ 24 ਜਿਹੜਾ ਆ ਉਹ ਮਹੀਨੇ ਤੱਕ ਉਹ ਇੱਥੇ ਪੰਜਾਬ ਦੇ ਵਿੱਚ ਰਹੇਗਾ ਮਤਲਬ ਇਸ ਹਿਸਾਬ ਨਾਲ 1.5 ਤੋਂ ਲੈ ਕੇ 2 ਸਾਲ ਉਹ ਇੱਥੇ ਰਹੇਗਾ ਗੁੱਡ ਗਵਰਨੈਂਸ ਫੈਲੋਸ਼ਿਪ ਪ੍ਰੋਗਰਾਮ ਦੇ ਤਹਿਤ ਮਤਲਬ ਭਗਵੰਤ ਮਾਨ ਹੋਰਾਂ ਨੂੰ ਗੁੱਡ ਗਵਰਨੈਂਸ ਚਲਾਉਣੀ ਨਹੀਂ ਆਉਂਦੀ ਜਾਂ ਭਗਵੰਤ ਮਾਨ ਦੀ ਗਵਰਨੈਂਸ ਇੰਨੀ ਗੁੱਡ ਹੈ ਕਿ ਉਹ ਸਿੱਖਣ ਲਈ ਆ ਗਿਆ ਬੰਦਾ ਸਪਸ਼ਟ ਕੀਤਾ ਜਾਵੇ ਉਹ ਇਕੱਲਾ ਇਹ ਨਵਲ ਅਗਰਵਾਲ ਨਹੀਂ ਹੈ ਸਵਾਲ ਤਾਂ ਇਸ ਗੱਲ ਦੇ ਵੀ ਉੱਠਦੇ ਨੇ ਕਿ ਉਹ ਰੇਰਾ ਦਾ ਜਿਹੜਾ ਚੇਅਰਮੈਨ ਲਾਇਆ ਆ ਉਹ ਵੀ ਤਾਂ ਦਿੱਲੀਓਂ ਲਿਆ ਕੇ ਲਾਇਆ ਉਹਦਾ ਇੱਕ ਮੈਂਬਰ ਜਿਹੜਾ ਲਾਇਆ ਉਹ ਵੀ ਦਿੱਲੀਓਂ ਲਿਆ ਕੇ ਬਿਠਾਇਆ ਜੀ ਦਿੱਲੀ ਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਦੀ ਸਰਕਾਰ ਇਹ ਵੀ ਆਪਣੇ ਆਪ ਦੇ ਵਿੱਚ ਪਹਿਲੀ ਵਾਰੀ ਹੋਇਆ ਸੀਗਾ ਕਿ 2 ਸੂਬਿਆਂ ਦੇ ਵਿੱਚ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੁੰਦਾ ਆ ਕਹਿੰਦੇ ਜੀ ਅਸੀਂ ਨੌਲੇਜ ਸ਼ੇਅਰਿੰਗ ਕਰਨੀ ਆ ਹੁਣ ਉਸ ਐਗਰੀਮੈਂਟ ਤੋਂ ਪਹਿਲਾਂ ਕਿਉਂਕਿ ਵਿਵਾਦ ਉੱਠ ਗਿਆ ਸੀਗਾ ਕਿ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਅਰਵਿੰਦ ਕੇਜਰੀਵਾਲ ਕਿਵੇਂ ਲੈ ਸਕਦਾ ਕੋਈ ਦਿੱਲੀ ਦਾ ਬੰਦਾ ਕਿਵੇਂ ਲੈ ਸਕਦਾ ਇਹ ਤਾਂ ਪੰਜਾਬ ਦਾ ਹੱਕ ਬਣਦਾ ਪੰਜਾਬ ਸਰਕਾਰ ਦਾ ਪ੍ਰੈਰੋਗੇਟਿਵ ਬਣਦਾ ਉਹੀ ਇਹ ਮੀਟਿੰਗ ਲਵੇ ਤਾਂ ਲਵੇ ਕੋਈ ਹੋਰ ਨਹੀਂ ਬੈਠ ਸਕਦਾ ਫਿਰ ਕਹਿੰਦੇ ਜੀ ਅਸੀਂ ਨੌਲੇਜ ਸ਼ੇਅਰਿੰਗ ਪ੍ਰੋਗਰਾਮ ਬਣਾ ਲਿਆ ਦਿੱਲੀ ਬੰਦੇ ਭੇਜੇ ਜਾਂਦੇ ਰਹੇ ਹੁਣ ਉਹਨਾਂ ਚੀਜ਼ਾਂ ਨੂੰ ਲੈ ਕੇ ਇਤਰਾਜ਼ ਉੱਠ ਰਿਹਾ ਜੀ ਬੰਟੀ ਰੋਮਾਣਾ ਨੇ ਕਹਿਤਾ ਕਿ ਅੰਗਰੇਜ਼ਾਂ ਵਾਂਗੂ ਸਰਕਾਰ ਚੱਲਦੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਗਵਰਨਰ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਇਹਦੇ ਉੱਤੇ ਦੇਖੋ ਧਿਆਨ ਦੇਵੋ ਪਰ ਇਹਦੇ ਨਾਲ ਨਾਲ ਬੀਰ ਦਵਿੰਦਰ ਹੋਰੀ ਵੀ ਕਹਿੰਦੇ ਆ ਕਿ ਇਹ ਈਸਟ ਇੰਡੀਆ ਕੰਪਨੀ ਵਾਲੀ ਸਰਕਾਰ ਵਾਂਗੂ ਕੰਮ ਚੱਲਦਾ ਪਿਆ ਇਹ ਆਮ ਆਦਮੀ ਦੀ ਸਰਕਾਰ ਵਾਂਗ ਕੰਮ ਨਹੀਂ ਚੱਲਦਾ ਪਿਆ ਜੀ ਬੰਟੀ ਰੋਮਾਣਾ ਨੇ ਇੱਕ ਨੁਕਤਾ ਹੋਰ ਚੁੱਕਿਆ ਉਹ ਕਹਿੰਦੇ ਕੁੰਵਰ ਵਿਜੇ ਪ੍ਰਤਾਪ ਹੋਰੀ ਲਗਾਤਾਰ ਜਿਹੜਾ ਆ ਉਹ ਗੱਲ ਕਰਦੇ ਪਏ ਕਿ ਬੇਅਦਬੀ ਦੇ ਮਾਮਲਿਆਂ 'ਚ ਬਾਦਲ ਪਰਿਵਾਰ ਦੀ ਭੂਮਿਕਾ ਆਹ ਕਹਿਤਾ ਉਹ ਕਹਿਤਾ ਕਹਿੰਦੇ ਮੈਂ ਖੁੱਲ੍ਹੀ ਚੁਣੌਤੀ ਦਿੰਦਾ ਹਾਂ ਕਿ ਕਿਤੇ ਵੀ ਆਪਣੇ ਕਾਗਜ਼ਾਂ ਦਾ ਪੁਲੰਦਾ ਲੈ ਕੇ ਆ ਜਾਣ ਕਹਿੰਦੇ ਉਦਣ ਬਹਿਬਲ ਕਲਾਂ ਦੇ ਮੋਰਚੇ ਦੇ ਵਿੱਚ ਵੀ ਜਾ ਕੇ ਬੋਲਦੇ ਸੀ ਕਿ ਆਹ ਮੇਰੇ ਕੋਲ ਤੱਥ ਪਏ ਆ ਆਹ ਮੇਰੇ ਕੋਲ ਸਬੂਤ ਹੈਗੇ ਆ ਕਾਗਜ਼ਾਂ ਦਾ ਪੁਲੰਦਾ ਆ ਇਹਦੇ ਵਿੱਚ ਸਾਰਾ ਕੁਝ ਲਿਖਿਆ ਕਿ ਕਿਹਨੇ ਕੀ ਕੀਤਾ ਉਹ ਕਹਿੰਦੇ ਉਹੀ ਕਾਗਜ਼ਾਂ ਦਾ ਪੁਲੰਦਾ ਖੁੱਲ੍ਹੀ ਬਹਿਸ ਦੇ ਵਿੱਚ ਆਣ ਕੇ ਮੇਰੇ ਸਾਹਮਣੇ ਰੱਖ ਦੇਣ ਉਹਨਾਂ ਕਾਗਜ਼ਾਂ ਦੇ ਵਿੱਚੋਂ ਹੀ ਮੈਂ ਤਰਕ ਦੇ ਕੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਨੂੰ ਦੱਸ ਦੂੰਗਾ ਕਿ ਅਸਲ ਹਕੀਕਤ ਆਹ ਆ ਤੁਸੀਂ ਸਿਰਫ ਪੋਲਿਟਿਕਸ ਕਰਦੇ ਪਏ ਹੋ
फिर उन्होंने पूछा गया कि कुंवर विजय प्रतापपुरी कहते कि पिछली सरकार से इंसाफ ता नहीं मिले, मेरी रिपोर्ट रद्द ता हुई क्योंकि कैप्टन बादलों मिल गया सी। तो रोमाणा होरी कहते हुण तां आम आदमी पार्टी की सरकार आ जी, हुण तां कुंवर विजय प्रताप की अपनी सरकार आ, हुण कर लैण जिहड़ा कुछ करना है। इहदा मतलब कहते जे हुण भी 9 महीने च कुछ नहीं होया कि भगवंत मान भी साढ़े नाल रल गया, जे कैप्टन अमरिंदर सिंह रल गया सीगा या कह दें भगवंत मान रल गया। बाकी वह कहें ये चीज़ा पोलीटिकल वंडाटे के तहत कीतियां जा रही ने। मिशन कमिशन की जिहड़ी आ रिपोर्ट आ उहदे विच भी 50 नंबर पन्ने ते आ गया सीगा कि प्रकाश सिंह बादल ने तो गोलीकांड के मामले के भी ये पुलिस कर्मियों को कहा सीगा कि शांतमई धरना दे रहे लोगों को उठाना नहीं है, बैठे रहन दो जी। तो गोली चलाने की गल तो कहते ड्यूटी मैजिस्ट्रेट करता जिहड़ा मौके पर मौजूद हुंदा है, उन्हें भी गल कबूल कर ली कि मेरे ते कोई पोलीटिकल प्रैशर नहीं सीगा। सो कहते पोलीटिकल मामला बना के सिर्फ सानू बदनाम करन दी कोशिश की जा रही है, ये तो अलावा कख नहीं है। तो इस सरकार तो कारगुजारी बेहतर करके दिखाई नहीं जा रही, इस करके इदां दे मामले जाण बुझ के खोल के ल्यांदे जांदे आ ताकि दूजियां नू विरोधी धिरां नू जिहड़ा आ घेरिया जा सके जी। जसवीर जी, भारत जोड़ो यात्रा का जिक्र भी करना चाहवांगे, लगातार ही यात्रा जिहड़ी चल रही है और लोग जुड़ रहे हैं इसे दे नाल। इस भारत जोड़ो यात्रा दे विच जिहड़े लोग जुड़ रहे हैं उन्होंने भी रोकण की एक तरह के नाल कोशिश की जा रही है, कभी कोविड गाइडलाइनस की गल आ जाती है। तो हुण अश्विनी सेखड़ी उन्होंने कहा कि कोशिशां जारी ने भारत जोड़ो यात्रा रोकण। अश्विनी सेखड़ी ने तो इतों तक कहता कि आम आदमी पार्टी भी इस यात्रा रोकण दे विच लगी हुई है। वो कहिंदे जिद्दां भाजपा रोक रही सी कि कोविड प्रोटोकॉल की पालना करो जी, जबकि प्रोटोकॉल तो कोई लागू ही नहीं किया गया सीगा, नियम तो हदायतां तो कोई लागू कीतियां नहीं गईयां सी, सानू कहिंदे बस यात्रा बंद कर दो। कहिंदे भाजपा जिस तरीके राहुल गांधी की भारत जोड़ो यात्रा रोकण दे विच लगी सी, उस तरीके आम आदमी पार्टी भी लगी हुई है। और पंजाब का माहौल इहो जिहा बनाया जा रहा कि पंजाब दे विच भारत जोड़ो यात्रा आवे ही ना, सेंसिटिव माहौल बनाया जा रहा जी। तुहानू याद होना अमन के बकायदा कांग्रेस ने केंद्रीय गृह मंत्रालय नू एक चिट्ठी लिखी जी, और उस चिट्ठी दे विच ये मंग कीती कि पंजाब ते जम्मू कश्मीर दोनों ही संवेदनशील सूबे हैगे ने, राहुल गांधी दी आउणी इत्थे यात्रा, दिल्ली दी यात्रा दे दरम्यान सिक्योरिटी दे विच कुताही वरती गई सीगी, असी मंग करते हैं कि पंजाब जिहड़ा सेंसिटिव स्टेट आ, जम्मू कश्मीर जिहड़े सेंसिटिव आ, उत्थे सिक्योरिटी दे चाक चौबंद प्रबंध किए जाण। हालांकि उहदे तो बाद CRPF का बयान भी यह निकल के आ गया सीगा कि 113 वार तो कहिंदे राहुल गांधी ने आप ही प्रोटोकॉल की उलंघना की सिक्योरिटी दे दी, ते हुण उह कहिंदे कि सन्नमारी हो गई है साडी सिक्योरिटी दे विच। सो इस तरीके नाल जिहड़ा आ उह विरोधी धिरां नूं घेरन की कोशिश लगातार की जा रही है। आम आदमी पार्टी इस गल दे विच दावा कर रही है कि कांग्रेस पंजाब नूं बदनाम कर रही है, ये कह के कि ये एक संवेदनशील सूबा हैगा, इत्थे सिक्योरिटी नहीं है, राहुल गांधी नूं वध सिक्योरिटी चाहीदी है जी। ते कांग्रेस ये कहिंदी है कि जिस तरीके की पंजाब ते पिछले दिनों च कतलो गारत हुई है वह इस गल का सबूत है कि पंजाब सुरक्षित नहीं है जी। भारतीय जनता पार्टी भी तकरीबन कुछ इहो जिहियां गल्लां करदी है। अश्विनी शर्मा का कल का बयान है, वह कहते पंजाब च भय का माहौल बनया हो, डर का माहौल बनया हो, इस सरकार को सिस्टम सांभिया नहीं जा रहा। हुण मामला भख गया है राहुल गांधी की यात्रा तो पहला, तो मैं लगता कि थोड़ा जा कांग्रेस भी आप चाहती है कि थोड़ा जा भखे मुद्दा तत्तियां बयानबाजियां होण, जिदे नाल जो राहुल गांधी की यात्रा इत्थे पंजाब पहुंचे तो एक पहला ही अगाऊ माहौल बनया नजर आवे जी। जसवीर जी, अमन कानून की गल हुई है तो प्रगट सिंह होना ने अमन कानून से भी आम आदमी पार्टी को घेरिया, तो नाल ही उन्होंने भारत जोड़ो यात्रा का भी जिक्र किया कि असी वध चढ़ के जिहड़ा उन्होंने स्वागत करांगे। पंजाब की कांग्रेस इस समय थां थां मीटिंगा करके भारत जोड़ो यात्रा के शामिल होने लिए अपने वर्करां नूं ते आम लोगों नूं लामबद्ध कर रही है जी। लगातार मीटिंगा का दौर चलता, कि राजा वड़िंग मीटिंगा करते हैं, कि विजय सिंगला विजेंद्र सिंगला होरी जिहड़ा आ बठिंडे च पैदल मार्च कढ़दे ने, किते कुछ हो रहा ते किते कुछ हो रहा। प्रगट सिंह होरी भी लगातार जलंधर ते इहदे आस पास के इलाकों के वर्करां नाल मीटिंगा कर करके उन्होंने भारत जोड़ो यात्रा सफल बनाने के लिए निर्देश देंदे नजर आ रहे हैं। गढ़ शंकर दे विच गए हुए सीगे,
और उत्थे मीडिया कर्मियों नाल गलबात करदे उन्होंने मौजूदा सरकार नूं घेरिया कहिंदे एक तां कानून व्यवस्था बड़ी खराब है सांभी नहीं जा रही इन्हां दे कोल रोज कितों ना कितों किसी ना किसी कतल की खबर निकल के सामने आ जाती है फिर इहदे तों इलावा वो कहिंदे इस यात्रा नूं सफल बनाउण दे लई असीं लगातार लगे हुए हां और आम लोग इस यात्रा नाल जुड़ रहे और वड्डी गल कहिंदे भीड़ नहीं चाहीदी जी भीड़ की लोड़ नहीं इस यात्रा दे विच बल्कि यात्रा च शामिल वो होवे असीं कहिंने जिहड़ा मनदा है कि राहुल गांधी जिस तरीके नाल भारत नूं जोड़न की आवाज़ बुलंद कर रहे हैं नफरत दे बाज़ार दे विच मुहब्बत की दुकान खोलण की गल कर रहे हैं उस गल नाल मुतफिक होके जी इस यात्रा च शामिल होवे सो प्रगट सिंह होरां ने भी आम आदमी पार्टी की सरकार नूं घेरिया जबकि आम आदमी पार्टी की सरकार यह दावे करती है कि पंजाब लॉ एंड ऑर्डर के मामले दे विच पूरे भारत दे विच दूसरे नंबर ते आ ये पिछले दिन ही सर्वे भी निकल के आया पर जे इहदी गल सर्वे की गल कर लीए तो जिहड़ा आम आदमी पार्टी की सरकार नूं सूट करदा सर्वे वह कहिंदे आ ये चंगा आ जिहड़ा सूट नहीं करदा उहनूं कहिंदे ये तां मैनिपुलेटड आ पिछले दिन ही सरकारी स्कूलों का एक सर्वे आया सी जिहदे विच पंजाब दे सरकारी स्कूलों के बच्चों के मैंटल लैवल नूं बेहतर दस्या गया सीगा जी ते दिल्ली वाले बच्चे बहुत पिछे रह गए सीगे ਉਹਨੂੰ ਕਹਿੰਦੇ ਜੀ ਇਹ ਤਾਂ ਦਿੱਲੀ ਦੇ ਮਾਡਲ ਨੂੰ ਸਾਡੇ ਐਜੂਕੇਸ਼ਨ ਦੇ ਮਾਡਲ ਨੂੰ ਬਦਨਾਮ ਕਰਨ ਲਈ ਮੈਨੂਪਲੇਟਡ ਸਰਵੇ ਹੈਗਾ ਇਸ ਸਰਵੇ ਤੇ ਅਸੀਂ ਯਕੀਨ ਨਹੀਂ ਕਰਦੇ ਆ ਹੁਣ ਜਿਸ ਚ ਪੰਜਾਬ ਨੂੰ ਬਿਹਤਰ ਦੱਸਿਆ ਲਾਅ ਐਂਡ ਆਰਡਰ ਦੇ ਮਾਮਲੇ 'ਚ ਇਸ ਸਰਵੇ ਨੂੰ ਪ੍ਰਵਾਨ ਕਰਦੀ ਹੈ ਆਮ ਆਦਮੀ ਪਾਰਟੀ ਓਨ ਕਰਦੀ ਹੈ ਕਿਉਂਕਿ ਇਹਦੇ ਨਾਲ ਸਿਆਸੀ ਲਾਭ ਹੁੰਦਾ ਉਹ ਪਹਿਲੇ ਸਰਵੇ ਨੂੰ ਕਬੂਲ ਕਰਨ ਦੇ ਨਾਲ ਸਿਆਸੀ ਨੁਕਸਾਨ ਹੋਣਾ ਸੀ ਕਿਉਂਕਿ ਪਿਛਲੀ ਸਰਕਾਰ ਨੂੰ ਇਹ ਮੰਨ ਕੇ ਚੱਲਦੀ ਹੈ ਕਿ ਨਖਿੱਧ ਸੀ ਅਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਜ਼ਿਆਦਾ ਬਿਹਤਰ ਹੈ ਅਤੇ ਉਹ ਸਰਵੇ केजरीवाल दे दिल्ली दे स्कूलां नूं पिछे कर रहा सी पंजाब दे स्कूलां नूं अग्गे कर रहा सी जी जसवीर जी होर मुद्दे उत्ते भी जानकारी हासिल करना चाहवांगे वेला हो गया छोटे जे ब्रेक दा न्यूज़ इन फोकस देख रहे तमाम दर्शकों का ब्रेक तो बाद फिर तो स्वागत है जसवीर जी गल करांगे कुलदीप सिंह धालीवाल होना दी जिन्होंने अमृतसर दे विच NRI सम्मेलन करवाया उत्थे NRI सम्मेलन करवाने तो बाद उन्होंने आम आदमी पार्टी के गुणगान भी बहुत किए तो इतने एक होर गल जोड़ना चाहवा कि उन्होंने एक विवादित जी टिप्पणी की जिथे उन्होंने सिख कौम पंजाबी कौम दस्या कि कैलकुलेट किया भी साडा खून जिहड़ा चिट्टा हो गया पहला आपां गल कर लैने आ अमृतसर दे विच आयोजित की गई ए प्रवासी पंजाबियों नाल मिलने दी जी हुण वक्रे वक्रे शहरां च ए प्रोग्राम आयोजित किए गए शुरुआत जलंधर तो की गई फिर मोगे दे विच भी मिलनी हुई लुधियाने दे विच भी हुई पटियाले दे विच भी हुई तो अज अमृतसर दे विच जिहड़ा आ उह मिलनी आयोजित की गई जी जिहदे विच प्रवासी पंजाबियों दीआं मुश्किलां सुणियां जांदियां ने उहनां दे हल दा भरोसा दित्ता जांदा हुण इस मिलनी दे दरम्यान जदों पत्रकारां नाल गलबात कर रहे सीगे कुलदीप सिंह धालीवाल एक तां उन्होंने कहा कि असीं एक पॉलिसी बनाउण जा रहे हां क्योंकि बहुते प्रवासी पंजाबियों दे मामले जमीनां नाल जुड़े हुए आ जी किसे दे प्लॉट ते कब्जा कर लिया किसे दी खेती योग जमीन दे उत्ते कब्जा कर लिया किसे दे घर ते कब्जा कर लिया इदां दे मामले 90% ने ते असीं कोशिश कर रहे हां कि इहो जी रणनीति बनाई जावे तां कि इन्हां मामलिआं दा निपटारा छेती वी होवे ते प्रवासी पंजाबियों नूं इंसाफ वी मिले जी दूजी गल सवाल पूछा गया कि भाई 10 लाख रुपया तुसी NRI सभा का खर्च कर दिता इन्हां समागमां दे उत्ते पैसा मालकां दा मशहूरी कंपनी दी तुसी सरकार दी मशहूरी करी जांदे हो पैसा NRI दा आ जिहड़े NRI सभा दे मैंबर ने मैंबरशिप लैण लग्या जिहड़ी मैंबरशिप फीस दिंदे आ ना उहदे पैसे जमा होए आ NRI सभा दे ते तुसी उही कढवा के खर्चा करी जांदे हो इन्हां मिलणियां दे उत्ते ते कुलदीप सिंह धालीवाल कहिंदे फिर की होया असी कड़ा कि इधरले पैसे कढ़वा के कोई गली नाली बनवाती है प्रवासी पंजाबियों नाल मिलनी दे उत्ते खर्च कीते नाले कहिंदे कोई वड्डी गल नहीं असी वापस कर देने जे वापस कर देने आ ते फिर लै कातों आ इहदे लई दावा उह इह करदे आ कि इह कड़ा कोई NGO कहिंदे इह NGO नहीं इक सोसाइटी है जे इस सोसाइटी दे पैटर्न जिहड़े हुंदे आ उह मुख्यमंत्री हुंदे आ इस करके कहिंदे असी इहनां दा पैसा वरत सकदे आ जी दूजी गल जिहड़ी तुसीं गल कीती है कि चिट्टे लहू दी गल कीती है वैसे चिट्टा लहू उहनां दा मन्निया जांदा जिहड़ा किसे नाल धोखा करदे आ ते जदों कुलदीप सिंह धालीवाल सर्वांगी गल कर दिंदे आ सारिआं नूं इक्को रस्से बन्न दिंदे आ कि पंजाबियां दा सिखां दा लहू चिट्टा हो गया उह अपने भरावां दीआं जमीनां ते कब्जा करी जांदे आ
घर दिया घर घर जड़े उन्होंने उत्ते कब्जा करी जाते प्लाटा से कब्जा करी जाते तो ये ठीक नहीं है। बिल्कुल कोई शक नहीं है कि किसी की जमीन के उत्ते कब्जा करना घर पर कब्जा करना प्लॉट पर कब्जा करना वाजब नहीं मनिया जाएगा जी। पर सारियां एक रस्से बन देना यह भी तो कोई बहुता ठीक नहीं है। हाँ ये एक चीज होर करनी बनती है जी। अमन अज मोगे दे पिंड रोडे गए कुलदीप सिंह धालीवाल असल च पिछले दिन ही जदों NRI मिलनी हुई सी उहदे विच एक प्रवासी पंजाबी परिवार ने कहा सी साडी जमीन कब्जा ली है जी ते कब्जा नहीं छड्डिया जा रहा। खुद कुलदीप सिंह धालीवाल उत्थे गए स्थितियां दा मुआयना कीता और जिहदे तो बाद उह प्रवासी पंजाबी परिवार दा यह कहना है कि हुण सानूं भरोसा हैगा आ कि साडी जमीन सानूं वापस मिल जाएगी। हाँ ये काम मैनूं लगता कि चंगे आ। इस तरीके नाल जे किसी की कोई दिक्कत है वो इत्थे ना होने का करके वो जमीन पर कब्जा करता तो कब्जा छुड़वाया जाना चाहिए। ये एक गल होर कि कुछ गल्लां सरकारी दरबारे दियां भी निकल के आईयां सी। एक बजुर्ग NRI ने यह कहता सीगा कि भाई तुहाडे सरकारी दरबारे का एक प्रभावशील बंदा मेरे प्लॉट पर कब्जा करके बैठा है जदों मैं जाना तो मैनूं उस प्लॉट च वड़न नहीं दिंदा धमकियां दित्तियां जांदियां ने करो उस प्लॉट नूं खाली करवाओ। तो धालीवाल साहब ने कहा तुसी अपने कागज़ दे दिओ प्रशासनिक ते पुलिस दे अधिकारियों नूं जे तुहाडे कोल सबूत होया कि प्लॉट तुहाडा ते तुहानूं जरूर मिलेगा जी। उस केस दे विच धालीवाल साहब ने की कीता इदां दा कुछ नहीं निकल के आया। हाँ मोगे वाले केस दे विच तां चले गए जी जमीन छुड़वाती हुण उड़ीक रखदे आ कि किदां धालीवाल उस प्लॉट वाले पासे नूं जांदे ते कोई वीडियो आउंदी आ देखो जी असीं जे साडा वी बंदा गलत तरीके नाल कोई कब्जा करके बैठा सी छड्डिया सी उहनूं वी नहीं आ जी। जसवीर जी गल करांगे कुलतार संधवा नितीश कुमार होना दी उन्होंने अज मीटिंग की है की मसला सी। असल दे विच बिहार दे विच कुछ सिख या पंजाबी व्यक्ति जिहड़े वसदे ने उन्हां दीआं कुछ समस्यावां सी जी। उन्हां दीआं शिकायतां लगातार इधर पहुँच रही सी कि वह ठीक चीज़ां इत्थे नहीं हो वापर रही। जिहदे तों बाद पंजाब विधानसभा दे स्पीकर कुलतार सिंह संधवा बिहार जांदे ने इस वेले वह बिहार दौरे ते ने ते बिहार दे मुख्यमंत्री नितीश कुमार होरां नाल मुलाकात करदे ने जी। हालांकि लंबी चौड़ी गलबात हुंदी आ ते उस लंबी चौड़ी गलबात दे विच गल गई किधरले पासे नूं इहदे बारे कुछ नहीं पक्के तौर ते कहा जांदा पर इन्नी कु चर्चा जरूर है कि उहनां लोकां दी पंजाब दे नाल जुड़े हुए लोकां दीआं मुश्किलां जिहड़ियां ने उहदे तों जाणू करवाया गया नितीश कुमार नूं जी। हुण इस मिलनी नूं कल्ला इत्थों तक सीमित नहीं रख्या जा सकदा। इस मिलनी नूं इस नज़रिए नाल भी देखिया जा रिहा कि नितीश कुमार इस वेले राष्ट्रीय जनता दल लालू प्रसाद यादव की पार्टी के नाल गठजोड़ करके सत्ता च है ते पिछले दिनों की एक चर्चा भी रही कि नितीश कुमार एक विरोधी धड़ा तैयार करना चाहते हैं जिहड़ा 2024 दे विच भारतीय जनता पार्टी के मुकाबले एकजुट होकर चोणां लड़दा नज़र आवे ते उहदे च आम आदमी पार्टी की शमूलियत भी करवाउण की चर्चा चली सी। इधर हरियाणे दे विच एक समागम भी करवाया गया सीगा और उस समागम दे विच उड़ीक सी कि अरविंद केजरीवाल भी शामिल होणगे नहीं होए तो इस नज़रिए नाल भी इस मिलनी नूं देखिया जा सकदा कि होवे ना होवे हो सकदा है कि यही भविख दे गठजोड़ नूं गांह तोरन दे लई चीज़ां चलदियां होणगियां। पर इत्थे इस गल दा जरूर एक तरीके नाल शंका हैगा कि जे गठजोड़ दीआं चर्चावां होंदियां फिर कुलतार सिंह संधवा ने नहीं जाना सी फिर जाना सी राघव चड्ढा ने फिर जाना सी संदीप पाठक ने फिर जाना सी अरविंद केजरीवाल ने फिर कुलतार सिंह संधवा नूं नहीं भेजा जाना सीगा क्योंकि वड्डे फैसले तो भाई फिर इहो ही लैंदे आ कुलतार सिंह संधवा वर्गे एडे वड्डे फैसले कल्ले नहीं लै सकदे जी। जसवीर जी विचार चर्चा जारी रखांगे वेला हो गया छोटे जे ब्रेक दा। न्यूज़ इन फोकस देख रहे तमाम दर्शकों का ब्रेक तो बाद फिर तो स्वागत है। जसवीर जी पंजाब मुख्यमंत्री भगवंत मान हुणी राजस्थान दे विच सूरतगढ़ दे विच अपने वर्करां नूं मिले उन्होंने संबोधन भी किया की कुछ कहा। भगवंत मान हुणी इस वेले राजस्थान दे दौरे ते दौरा नहीं है वैसे निजी जिहा प्रोग्राम है उन्हां दा यह भी दस्या जा रहा है कि नवा साल मनाउण गए परिवार दे नाल जी। बीकानेर जाना सी इन्हां ने बीकानेर जाते समय सूरतगढ़ दे विच पार्टी वर्करां दा एक समागम सीगा उस समागम दे विच पहुंचदे ते भगवंत मान उस समागम नूं संबोधन भी करदे संबोधन करदे होया एक गल कहिंदे कि साडा एजेंडा
नफरत नहीं है, साडा एजेंडा सिक्ख्या आ। भगवंत मान जी इत्थे पार्टी वर्करां नूं संबोधन करदे आ, इह दावा कीता कि 10 कु साल होया मसां साडी पार्टी नूं, इन्हां 10 सालां दे विच कहिंदे 2 सूबिआं च असीं अपनी सरकार बना ली है, 10 सालां दे विच असीं नैशनल पार्टी का दर्जा हासिल कर लिया, 10 सालां दे विच असीं उस जगह दे उत्ते खड़े हाँ कि जिथे पुरानियां कहिंदियां कहौंदियां पार्टियां दे विच साडा शुमार हो गया जी। 10 सालां दे विच की कहिंदे, देख लो चाहे दिल्ली की गल कर लिए ते चाहे पंजाब की गल कर लिए, असीं एक नवां मॉडल, सत्ता का नवा मॉडल जिहड़ा दित्ता आ। दिल्ली मॉडल की गल करदे कहिंदे जिथे स्कूल बेहतर बनाए जांदे आ, जिथे हस्पताल बेहतर बनाए जांदे आ, जिथे करप्शन तो मुक्त सिस्टम दिता जांदा आ, असीं वो चीज़ दे रहे हैं ते यही चीज़ां अगे भी करदे रहांगे ते आने वाले समय च वड्डे पद्धर ते होरना सूबियां दे विच भी आम आदमी पार्टी अपने पैर पसारेगी जी। ये गल्लां कह के एक तरीके नाल हौसला देना ही हुंदा आ अपने वर्करां नूं, और हौसला दिता। और ये अपने आप दे विच दिलचस्प गल हैगी है कि निजी दौरे ते जांदे ने भगवंत मान होरी, निजी दौरे के दरम्यान भी पार्टी वर्करां दे समागम नूं संबोधन करके आउंदे आ, उन्हां नूं बूस्ट करदे आ। इहदे तों बाद जदों बीकानेर पहुँचदे आ, बीकानेर दे विच जिहड़े होटल च ठहरे सी भगवंत मान, उत्थे भारतीय जनता पार्टी की जिहड़ी मेयर आ जी, उहदे सहुरे नाल मुलाकातां करदे आ। उह सहुरा उहदा उत्थे जाके मिल के आउंदा उहनूं भगवंत मान नूं, गल की हुंदी इह नहीं पता लगदा, फोटो जरूर बाहर आ जांदी आ। मतलब भाजपा वालियां नाल भी मुलाकातां उत्थे राजस्थान दे विच हो रहियां ने, ते राजस्थान दे विच अमन आ 2023 दे विच चोणां आ रहियां ने जी। इन्हां चोणां नूं लै के आम आदमी पार्टी भी ताल ठोक रही है कि जिदां गुजरात दे विच चोण मैदान च नितरे सी, गोवा च नितरे सी, हिमाचल प्रदेश च नितरे सीगे, हुण राजस्थान दीआं चोणां दे विच भी असीं अपनी होंद साबित करांगे जी। इहदा मतलब कि दौरा निजी है पर नाल दी नाल भगवंत मान लगदे हथ आ अपनी पार्टी दे लई भी कम करदे राजस्थान च नज़र आ रहे ने जी। जसवीर जी, आम आदमी पार्टी की गल करना चाहवागी, मान सरकार की गल करना चाहवागी, उन्होंने मान सरकार ने पंजाब पुलिस का मान सरकार के दरम्यान एक साल का रिकॉर्ड जिहड़ा दस्या, उन्होंने कहा कि 16,000 तो वध जिहड़े नशा तस्कर ने, नशा वेचण वाले ने, उन्होंने फड़िया गया। उधर लुधियाणा दे विच नशे की ओवरडोज के कारण एक होर नौजवान की मौत हो जाती है। वैसे तो जिहड़ा पोस्टर जारी किया आम आदमी पार्टी ने, उहदा करके उदां ही ट्रोल हो गई है, क्योंकि जिदा नशे की गल की इस तरीके नाल ਉਹ ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਡਰੋਨਾਂ ਦੀ ਵੀ ਗੱਲ ਕੀਤੀ ਕਿ 22 ਡਰੋਨ ਵੀ ਅਸੀਂ ਸੁੱਟ ਲਏ ਜੀ, ਤੇ ਲੋਕ ਪੁੱਛ ਰਹੇ ਭਾਈ ਉਹ ਡਰੋਨ ਤਾਂ ਸੁੱਟੇ ਫੌਜ ਨੇ, ਤੁਸੀਂ ਕਿੱਥੋਂ ਆ ਗਏ? ਭਗਵੰਤ ਮਾਨ ਖੜਾ ਸੀ ਉੱਥੇ, ਕੋਈ ਮੰਤਰੀ ਤੁਹਾਡਾ ਖੜਾ ਸੀ ਜਾਂ MLA ਖੜਾ ਸੀਗਾ? ਉਹ ਡਰੋਨ ਫੌਜ ਨੇ ਸੁੱਟੇ, ਤੇ ਫੌਜ ਦੇ ਕੰਮ ਦਾ ਕ੍ਰੈਡਿਟ ਤੁਸੀਂ ਨਾ ਲਓ ਜੀ ਪੋਲੀਟੀਕਲ ਮਨਸੂਬਿਆਂ ਦੇ। ਇਹਦਾ ਕਰਕੇ ਟ੍ਰੋਲ ਵੀ ਖਾਸੀ ਹੋਈ। ਤੇ ਆ ਜਿਹੜੇ ਨਸ਼ੇ ਦੇ ਸੰਦਰਭ 'ਚ ਗੱਲ ਕੀਤੀ ਹੈ ਕਿ ਅਸੀਂ ਨਸ਼ਾ ਤਸਕਰ ਫੜ ਲਿਆ, ਇੰਨਾ ਨਸ਼ਾ ਫੜ ਲਿਆ, ਨਸ਼ੇ ਦੀ ਜਿਹੜੀ ਉਹ ਖਰੀਦ ਫਰੋਖਤ ਲਈ ਵਰਤੀ ਜਾਂਦੀ ਸਮੱਗਰੀ ਜਾਂ ਪੈਸਾ ਜਿਹੜਾ ਆ ਉਹ ਫੜ ਲਿਆ, ਹੁਣ ਉਹਦਾ ਜ਼ਿਕਰ ਕਰਦੇ ਆ। ਜਿਹੜਾ ਆ ਉਹ ਦੂਜੇ ਪਾਸੇ ਲੁਧਿਆਣੇ ਦਾ ਕੇਸ ਦੇਖ ਲਈਏ ਕਿ ਇੱਕ ਨੌਜਵਾਨ ਆਟੋ ਰਿਕਸ਼ਾ 'ਚ ਮ੍ਰਿਤ ਹਾਲਤ 'ਚ ਪਾਇਆ ਜਾਂਦਾ ਆ, ਪਤਾ ਲੱਗਦਾ ਨਸ਼ੇ ਦੀ ਓਵਰਡੋਜ਼ ਹੋ ਗਈ ਜੀ। ਪਰਿਵਾਰ ਨੂੰ ਦੱਸਿਆ ਜਾਂਦਾ, ਪਰਿਵਾਰ ਜਦੋਂ ਆਉਂਦਾ ਤੇ ਇਹ ਦਾਅਵਾ ਕਰਦਾ ਕਿ ਇਹ ਉਂਝ ਨਹੀਂ ਹੋਇਆ ਹੋਵੇਗਾ, ਇਹਨੂੰ ਕਿਸੇ ਨੇ ਨਸ਼ੇ ਦੀ ਓਵਰਡੋਜ਼ ਦਿੱਤੀ ਹੋਵੇਗੀ, ਇਹਦੇ ਨਾਲ ਕੋਈ ਨਾ ਕੋਈ ਹੋਏਗਾ, ਆਟੋ 'ਚ ਬੈਠੇ ਦੀ ਮੌਤ ਹੋਈ ਤੇ ਮੁੜ ਕੇ ਇਹਨੂੰ ਛੱਡ ਗਿਆ। ਹੁਣ ਉਸ ਸਭ ਤੋਂ ਬਾਅਦ ਪਿੱਟਣੇ ਉਸ ਟੱਬਰ ਨੂੰ ਪੈ ਹੋਇਆ, ਇਹ ਕੋਈ ਪਹਿਲਾ ਮਾਮਲਾ ਨਹੀਂ। ਅਰਵਿੰਦ ਕੇਜਰੀਵਾਲ ਨੇ ਇੱਕ TV ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਸੀ ਕਿ ਜੇ ਮੁੱਖ ਮੰਤਰੀ ਇਮਾਨਦਾਰ ਹੋਵੇ ਤੇ 10 ਦਿਨਾਂ 'ਚ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਜੀ, ਬੰਦ ਕੀਤਾ ਜਾ ਸਕਦਾ। ਉਹ ਕਹਿੰਦੇ ਕਿਹੜਾ SHO ਆ ਜਿਹਨੂੰ ਪਤਾ ਨਹੀਂ ਆ ਕਿ ਮੇਰੇ ਹਲਕੇ ਦੇ ਵਿੱਚ ਕੌਣ ਨਸ਼ਾ ਵੇਚਦਾ ਤੇ ਕੌਣ ਨਹੀਂ ਵੇਚਦਾ? ਕਿਹੜਾ ਪੁਲਿਸ ਤੰਤਰ ਹੈਗਾ ਆ ਜਿਹਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਅਪਰਾਧੀ ਹੈ ਤੇ ਕਿਹੜਾ ਸ਼ਰੀਫ ਬੰਦਾ ਹੈ? ਸਭ ਪਤਾ ਹੁੰਦਾ ਹੈ, ਬਸ ਇੰਨਾ ਕਿ ਰਲੀਆਂ ਚੁੱਕਦੇ ਆ ਜੀ, ਮਿਲ ਕੇ ਕੰਮ ਕਰਦੇ ਆ, ਨੈਕਸਸ ਬਣਿਆ ਹੋਇਆ ਇਹਨਾਂ ਦਾ, ਜੇ ਨੈਕਸਸ ਤੋੜ ਦਿਓ ਤੇ ਸਾਰੀਆਂ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ। 10 ਦਿਨਾਂ ਦੇ ਵਿੱਚ ਕਰਨ ਦਾ ਦਾਅਵਾ ਕਰਦੇ ਸੀ ਅਰਵਿੰਦ ਕੇਜਰੀਵਾਲ, ਆ ਤਾਂ 9.5 ਮਹੀਨੇ ਹੋ ਗਏ ਇਸ ਸਰਕਾਰ ਨੂੰ ਬਣਿਆ ਨੂੰ, ਫਿਰ ਅਜੇ ਤੱਕ ਨਸ਼ੇ ਦਾ ਨੈਕਸਸ ਟੁੱਟਿਆ ਕਿਉਂ ਨਹੀਂ? ਕਿਉਂਕਿ ਇਹ ਪਹਿਲੀ ਮੌਤ ਨਹੀਂ ਆ ਨਸ਼ੇ ਦੀ ਓਵਰਡੋਜ਼ ਦਾ ਕਰਕੇ ਜੀ। ਹਰ ਦੂਜੇ ਤੀਜੇ ਦਿਨ ਅਮਨ ਇਦਾਂ ਦੀ ਖਬਰ ਅਖਬਾਰ ਦਾ ਹਿੱਸਾ ਬਣਦੀ ਰਹਿੰਦੀ। ਉਹ ਗੱਲ ਵੱਖਰੀ ਹੈ ਕਿ ਉਹ ਕਿਸੇ ਖਬਰ ਕਿਨਾਰੇ ਤੇ ਛੋਟੀ ਜਿਹੀ ਕਾਤਰ ਦੇ ਰੂਪ ਦੇ ਵਿੱਚ ਲੱਗੀ ਹੁੰਦੀ ਹੈ, ਤੇ ਦੇਖਣ ਵਾਲੇ ਵੀ ਬਹੁਤਾ ਧਿਆਨ ਨਹੀਂ ਦਿੰਦੇ, ਕਿਉਂਕਿ ਅਖਬਾਰ ਪੜਨ ਵਾਲੇ ਲਈ ਉਹ ਖਬਰ ਛੋਟੀ ਹੋ ਸਕਦੀ ਹੈ, ਜਿਹਦਾ ਜਵਾਨ ਪੁੱਤ ਤੁਰ ਜਾਂਦਾ
उस मां नूं पुछ के देखो, उस प्यो नूं पुछ के देखो, उस टब्बर नूं पुछ के देखो कि उन्हां लई किड्डा वड्डा घाटा आ जी। ओह अखबार की किसी छोटी जी कातर वाली खबर नहीं, उन्हूं मन के चलते, सारी जिंदगी दे बोझ दे तौर ते मन के चलते आ। ते फिर जे अजे भी यह सिलसिला चलता, इहदा मतलब है नशा अजे भी विक रहा, कारोबार चिट्टे दा काला अजे भी हो रहा, ते किते ना किते पुलिस दीआं कालीआं भेड़ां अजे भी इदां दीआं हैगीआं जिहड़ीआं तस्करां दा नशा वेचण दे विच साथ दे रहीआं ने, ना कि उहनां नूं काबू कर रहीआं ने जी। जसवीर जी, क्रिकेटर ऋषभ पंत की भी गल करना चाहवांगे, हादसे का शिकार हुए, हादसे का शिकार हुए तो वाहवा सट्टा लगियां, क्योंकि BCCI ने भी अपना जड़ा जानकारी दी कि गोडा मत्था गिट्टा पैर मतलब कि वह बहुत ज़्यादा जख्मी हुए हैं। वह हैल्थ बुलेटिन है उन्होंने भी कितने कितने किन्नी किन्नी सट्ट लगी है, वैसे हालत स्थिर दसी जा रही है, पर मैनूं लगता कि इस हालत तो पहला दीआं चीज़ां जिहड़ियां हैगीआं ने वह बहुत महत्वपूर्ण ने, ध्यान मंगदियां ने जी। एक तो ओवर स्पीड, ऋषभ पंत नाल वापरे इस हादसे का सब तो वड्डा कारण बनिया ओवर स्पीड। तुसी CCTV फुटेज देखोगे तो तुहानू अपने आप पता लग जाएगा कि रफ्तार तेज सी, डिवाइडर नाल गड्डी टकराई तो फिर पलटी खा के जिस तरीके नाल घूमी है तो फिर अग लगी है उन्हूं जी। यह चीज़ अपने आप दे विच ध्यान मंगदी है। और कहण वाले यह भी कह रहे कि उहदी अख बंद हो गई सी, झपकी आ गई सी उन्हूं जी, उनिंदरा हो सकता झपकी आई तो फिर इन्ने नूं, क्योंकि रफ्तार तेज सी माड़ा जा, तुसी कुताही तो छोटी जी, वो कहिंदे ना कि लम्हों ने खता की थी सदियों ने सजा पाई, छोटी जी तुहाड़ी गलती फिर तेज रफ्तारी च तुहाडे ते भारी पै जांदी है जी। खबरां इह वी कहिंदियां ने कि पहलां भी दो वार ओवर स्पीडिंग दा करके जिहड़ा आ उह ऋषभ पंत नूं जिहड़ा आ उह चलान कट्टिया गया जां उहनां नूं नोटिस दित्ता गया कि ओवर स्पीडिंग करदे आ। सरप्राइज देण जा रहा सी घरे अपने माता पिता नूं, सरप्राइज विजिट सी। हुण कहण वाले इह वी कहिंदे कि भाई क्रिकेटर सी, चंगा पैसा भी कमाउंदा सी, गड्डी भी वधिया सी, ड्राइवर रख्या जा सकदा सीगा जी। बेहतर गल आ कि जे तुहाडे ते स्ट्रैस होर कई तरीके दे हुंदे आ, तुसीं नाल इक ड्राइवर रख लो, एक तां किसी नूं रुजगार मिल जाएगा, दूजा तुहानूं सेफली तुहाडे घरे पहुँचाएगा। क्योंकि अमन ये लोग जिहड़े हुंदे, चाहे खिडारी होवे, क्रिकेटर होवे, पहलवान होवे, हॉकी का खिडारी होवे, एथलैटिक्स नाल जुड़िया होवे कोई बंदा होवे, कोई कलाकार होवे, सरमाया हुंदे मुल्क दा जी। ते जे इन्हां दे उत्ते किसी किस्म की भीड़ बनती है तो मन के चलो कि उस सरमाए ते भीड़ बनती है, थोड़ा इस गल का ख्याल लाजमी तौर पर रखने की लोड़ हैगी है। और इन्हां दिनां दे विच जो मौसम धुंदलके वाला आ, धुंद वाला जी, होर भी ज़्यादा संभल के चलन की लोड़ है। इस तरीके कपूरथले दे विच भी अज एक हादसा वापरिया, उहदे विच भी एक मौत इस तरीके हुई क्योंकि रफ्तार थोड़ी तेज़ दसी जा रही सी जी। सो रफ्तार ते काबू होना बहुत जरूरी है। तो जे कोई इस तरीके का व्यक्ति इदा की शख्सियत है तो जे वह अपने नाल एक ड्राइवर रख लवे ज़्यादा बेहतर। फिलहाल हालत स्थिर है, सारे जने इस गल की दुआ कर रहे हैं कि सेहतयाब होण, दोबारा फिर क्रिकेट के मैदान च नजर आउण जी। जसवीर जी, मौसम की गल की तो मौसम वाकई जिदा हुण अगले कुछ दिनों तक भी अपडेट मिली है कि धुंद रहेगी, सर्द रहेगा मौसम। सो सर्द रुत्त दे विच वाकई जिहड़ा ध्यान देने योग गल्लां मंगदियां ने, सड़की हादसे ज़्यादा हुंदे ने, मौसम ठंड दा ते ठंड भी होनी है ते लाजम है कि इन्हां दिनां च धुंद तां पैणी पैणी आ जी। ਉਹ ਵੱਧ ਪੈਂਦੀ ਹੈ, ਉਹ ਘੱਟ ਪੈਂਦੀ ਹੈ, ਉਹ ਚਾਰ ਦਿਨ ਵੱਧ ਪੈ ਜਾਂਦੀ ਹੈ, ਚਾਰ ਦਿਨ ਘੱਟ ਪੈ ਜਾਂਦੀ ਹੈ, ਇਹ ਕੁਦਰਤ ਦੇ ਉੱਤੇ ਹੈ ਜੀ ਕਿ ਜਿਸ ਤਰੀਕੇ ਨਾਲ ਕੁਦਰਤ ਚੱਲੇਗੀ ਉਹਨੇ ਆਪਣੇ ਤਰੀਕੇ ਨਾਲ ਚੀਜ਼ਾਂ ਕਰਨੀਆਂ, ਪਰ ਸਾਡੇ ਹੱਥ ਜਿਹੜੀ ਕਮਾਨ ਹੈਗੀ ਨਾ ਆਪਣੇ ਆਪ ਨੂੰ ਕੰਟਰੋਲ ਕਰਨ ਦੀ, ਜੇ ਉਸ ਕਮਾਨ ਨੂੰ ਥੋੜ੍ਹਾ ਜਿਹਾ ਖਿੱਚ ਕੇ ਰੱਖਾਂਗੇ ਨਾ ਤਾਂ ਸੁਰੱਖਿਅਤ ਵੀ ਰਵਾਂਗੇ ਆਪ ਵੀ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ। ਇਕੱਲਾ ਸੜਕ ਦੇ ਉੱਤੇ ਨਹੀਂ, ਵੈਸੇ ਵੀ ਸਾਨੂੰ ਇਸ ਗੱਲ ਦੀ ਅਹਿਤਿਆਤ ਰੱਖਣੀ ਚਾਹੀਦੀ ਹੈ ਕਿ ਠੰਡ ਵਧੀ ਹੋਈ ਹੈ ਭਾਈ, ਆ ਹੁਣ ਬਾਰਿਸ਼ ਪਈ ਹੈ, ਬਾਰਿਸ਼ ਦੇ ਨਾਲ ਤਾਂ ਕਿਹਾ ਜਾ ਰਿਹਾ ਕਿ 1 ਡਿਗਰੀ ਤੱਕ ਪਾਰਾ ਆ ਸਕਦਾ ਜੀ। ਬਠਿੰਡੇ ਦਾ ਪਾਰਾ ਤਾਂ 1 ਡਿਗਰੀ ਤੱਕ ਪਹੁੰਚ ਵੀ ਗਿਆ ਪਿਛਲੇ ਦਿਨਾਂ ਦੇ ਵਿੱਚ, ਹੁਣ ਆਉਣ ਵਾਲੇ ਦਿਨਾਂ 'ਚ ਲੋਹੜੀ ਤੱਕ ਤਾਂ ਠੰਡ ਆਪਣਾ ਰੰਗ ਦਿਖਾਏਗੀ, ਧੁੰਦ ਵੀ ਆਪਣਾ ਰੰਗ ਦਿਖਾਏਗੀ। ਸੋ ਸੰਭਲ ਕੇ ਰਹੋ ਭਾਈ, ਆਪਣਾ ਧਿਆਨ ਰੱਖੋ ਅਤੇ ਆਪਣਿਆਂ ਦਾ ਧਿਆਨ ਰੱਖੋ। ਬਿਲਕੁਲ, ਨਵਾਂ ਸਾਲ ਵੀ ਆ ਰਿਹਾ ਔਰ ਨਵੇਂ ਸਾਲ 'ਤੇ ਲੋਕ ਸੜਕਾਂ 'ਤੇ ਉਤਰਦੇ ਨੇ, ਮਤਲਬ ਨਵਾਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਕਲੱਬਸ ਜਾਂਦੇ ਨੇ ਜਾਂ ਰੈਸਟੋਰੈਂਟ ਜਾਂਦੇ ਨੇ ਜਾਂ ਬਾਹਰ ਜਾਂਦੇ ਨੇ। ਸੋ ਉਹਨਾਂ ਨੂੰ ਵੀ ਧਿਆਨ ਦੇਣ ਦੀ ਵਾਕਈ ਬਹੁਤ ਲੋੜ ਹੈ, ਕਿਉਂਕਿ ਔਰ ਉਹਨਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਕਾਨੂੰਨ ਵੀ ਜਦੋਂ ਕਲੱਬ 'ਚੋਂ ਨਿਕਲਦੇ ਹਾਂ, ਰੈਸਟੋਰੈਂਟ 'ਚੋਂ ਨਿਕਲਦੇ ਹਾਂ ਨਵੇਂ ਸਾਲ ਨੂੰ ਮਨਾ ਕੇ, ਅਤੇ ਫਿਰ ਉਦੋਂ
कुछ ज्यादा मना के कई बार बाहर निकल आने उन्होंने ज्यादा ध्यान देने की लोड़ है जी। सो बहुत बहुत शुक्रिया जसवीर जी ने तमाम मुद्दे जानकारी साझा करने के लिए शुक्रिया। टीवी पंजाब न्यूज़ इन फोकस देख रहे तमाम दर्शकों का भी बहुत बहुत शुक्रिया। होर अपडेट्स के लिए होर खबरों के लिए तुसी देखते रहो टीवी पंजाब। धन्यवाद।